ahora. और क्या नाम है जी आपका? मेरा शिव सैनी। कहाँ के रहने वाले हो? बुंदेला। ये कौन सा जिला है जी? बठिंडा। बठिंडा जिला। ये भैंस कितने दूध वाली है? 15-16 लीटर। कितने दिन की ब्याई हो गई? तीन चार दिन की है। दो टाइम का निकाल के दे सकते हो? दो टाइम चार टाइम निकाल के नाप के देंगे। हाँ जी, नाप के। तो इसकी कीमत कितनी होगी भाई? इतना मोल 95,085 देनी है। 85,000 रुपया फाइनल रेट है। बस जमा आखिरी आखिरी नगद वालों के लिए जमा नगद वाले। अच्छा, तो आपका फोन नंबर कितना है भाई? 98-51-08 हाँ जी बोलो 9815708462 एक बार और बोलो। 9815708462 हेलो, चलाओ चलाओ पड़ा पड़ा के की नाम भाजी थोड़ा? लक्ष्मण सिंह जी। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਅਸੀਂ ਭੈਣੀ ਪਿੰਡ ਦਾ ਮੱਝ ਕਿਨਵੇਂ ਸੂਈ ਜੇ ਜੀ? ਮੈਂ ਦੱਸਦਾ ਜੀ। ਹਾਂਜੀ ਹਾਂਜੀ, ਕਿਹਨੇ ਕਿਹੜੇ ਜਗ੍ਹਾ ਦੇ ਰਹਿਣ ਵਾਲੇ ਹੋ ਤੁਸੀਂ? ਬਠਿੰਡੇ ਜ਼ਿਲ੍ਹੇ ਦੇ। ਬਠਿੰਡਾ ਜ਼ਿਲ੍ਹਾ। ਕੀ ਨਾਂ ਤੁਹਾਡਾ? ਮੇਰਾ ਨਾਮ ਭੋਲਾ ਸਿੰਘ। ਅੱਛਾ, ਤੇ ਇਹ ਮੱਝ ਸੂਈ ਕਿੰਨੇ ਦਿਨਾਂ ਦੀ ਜੇ? 15 ਦਿਨਾਂ ਦੀ। 15 ਦਿਨਾਂ ਦੀ। ਕਿੰਨਾ ਦੁੱਧ ਦਾ ਰਿਕਾਰਡ ਹੈ ਇਹਦਾ? ਪਿਛਲਾ ਦੁੱਧ ਪਿਛਲੇ ਸੂਏ ਨੇ, ਪਹਿਲੇ ਸੂਏ ਦਿੱਤਾ 16 ਕਿਲੋ ਜੀ। ਪਹਿਲੇ ਸੂਏ 16 ਕਿਲੋ, ਹੁਣ ਦੂਜੇ ਸੂਏ 'ਚ ਕਿੰਨਾ ਦੁੱਧ ਦੇਣ ਦੀ ਉਮੀਦ ਹੈ? ਹੁਣ 20 ਕਿਲੋ ਦੀ ਉਮੀਦ ਹੈਗੀ ਹੈ ਜੀ। 20 ਦੀ ਉਮੀਦ ਹੈ? ਤੇ ਪੈਸੇ ਕਿੰਨੇ ਮੰਗ ਰਹੇ ਹੋ? 3 ਲੱਖ ਜੀ। 3 ਲੱਖ ਰੁਪਿਆ? 3 ਲੱਖ ਤਾਂ ਨਹੀਂ ਮਿਲੇਗਾ ਯਾਰ, ਇੰਨੀ ਤੇਜ਼ੀ ਨਹੀਂ ਹੈ। ਚਲੋ ਜੀ, ਠੀਕ ਹੈ, ਨਾ ਮਿਲੂ ਤਾਂ ਦੇਖੀ ਜਾਊ। ਅੱਛਾ, ਮਤਲਬ ਤੁਸੀਂ ਉਮੀਦ ਕਰ ਰਹੇ ਹੋ ਵੀ 3 ਲੱਖ ਮਿਲੇ? ਹਾਂਜੀ। 2 ਲੱਖ ਮਿਲ ਜਾਣਾ ਚਾਹੀਦਾ। ਚਲੋ, ਉਹ ਤਾਂ ਅਗਲੇ ਦੀ ਮਰਜ਼ੀ ਹੈ, ਲੈਣ ਵਾਲੇ ਦੀ। ਅੱਛਾ, ਲੈਣ ਵਾਲੇ ਦੀ ਮਰਜ਼ੀ ਚੱਲ ਜਾਏਗੀ, ਨਗਦ ਮਿਲਣਗੇ ਤੇ। ਹਾਂ। ਤੁਹਾਡਾ ਫੋਨ ਨੰਬਰ ਦੱਸੋ। 98720 ਜੀ। 98720। ਹਾਂਜੀ। 99905 ਜੀ। 91905। ਠੀਕ ਹੈ ਜੀ। ਤੇ ਮਿਲੇਗੀ ਇਹ 20 ਲੀਟਰ ਵਾਲੀ ਮੱਝ, ਅੰਦਾਜ਼ਨ ਲੱਗ ਜਾਣਗੇ 2 ਲੱਖ ਰੁਪਏ। ਠੀਕ, ਇੱਕ ਵਾਰੀ ਹੋਰ ਚਲਾ ਦਿਓ। ਚਲਾ ਲੈ ਕੇ ਦੇਖ ਲਾਂਗੇ ਜਦ ਤੁਹਾਨੂੰ। ਚਾਰ ਵਾਸਣ ਤੋਂ ਬਾਅਦ ਚਲਾ ਦੇ। ਫੋਟੋ ਬਣਾਣਾ ਤਾਂ ਬਣਾ ਦੇ। ਫਿਰ ਪੈਸੇ ਨੂੰ ਲੈ ਕੇ ਬੈਠੇ ਰਹੀ ਰਾਤ ਨੂੰ ਬੈਠੇ ਹੋ।
क्या नाम है भाई साहब आपका? अरे ये टैक्स लग जाएगा आपके। Thank you.